ਦਿਨੇ ਬਣਾ ਕੇ ਰਾਤ ਨੂੰ ਢਾ ਦਿੱਤਾ ਜਾਂਦਾ ਸੀ ਆ ਗੇਟ 11 ਸਾਲਾਂ ਦੇ ਵਿੱਚ ਬਣਿਆਗਾ ਤੇ ਕਿਉਂ ਦੇਨੇ ਬਣਾ ਕੇ ਰਾਤ ਨੂੰ ਕਿਉਂ ਟਾਇਆ ਜਾਂਦਾ ਸੀਗਾ ਤੇ ਇੰਨਾ ਟਾਈਮ ਹੈ ਜਿਹੜਾ ਇਸ ਨੂੰ ਬਣਨ ਤੇ ਕਿਉਂ ਲੱਗਿਆ ਇਸ ਦਾ ਡਿਜ਼ਾਈਨ ਹੈ ਜਿਹੜਾ ਉਹ ਬਹੁਤ ਵੱਖਰਾ ਹੈ ਇਸ ਸਾਈਡ ਤੋਂ ਤੁਸੀਂ ਦੇਖੋਗੇ ਇਸ ਗੇਟ ਦਾ ਡਿਜ਼ਾਈਨ ਹੋਰ ਹੈ ਤੇ ਜਦੋਂ ਇਹਨੂੰ ਦੂਸਰੇ ਪਾਸੇੋਂ ਦੇਖੋਗੇ ਤਾਂ ਇਸ ਗੇਟ ਦਾ ਜਿਹੜਾ ਡਿਜ਼ਾਈਨ ਹੈ ਉਹ ਹੋਰ ਹੈ ਸੋ ਦੋਸਤੋ ਪੂਰੀ ਗੱਲਬਾਤ ਕਰਦੇ ਆ ਜਿਵੇਂ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਤੁਹਾਨੂੰ ਇਸ ਗੇਟ ਦੀ ਜਿਹੜੀ ਪੂਰੀ ਜਾਣਕਾਰੀ ਉਹ ਦੇਵਾਂਗੇ ਸੋ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੋਸਤੋ ਪਿਛਲੀ ਇੱਕ ਵੀਡੀਓ ਬਣਾਈ ਸੀ ਗਦਰ ਮੂਵੀ ਜਿਹੜੀ ਸ਼ੂਟ ਹੋਈ ਸੀ ਉਹ ਇਸ ਜਗ੍ਹਾ ਤੇ ਉੱਤੇ ਸ਼ੂਟ ਹੋਈ ਸੀ ਜਿਹੜਾ ਇੰਡੀਆ ਪਾਕਿਸਤਾਨ ਦਾ ਗੇਟ ਹੈ ਉਹ ਇਸ ਗੇਟ ਨੂੰ ਦਿਖਾਇਆ ਗਿਆ ਹੈਗਾ ਗਦਰ ਮੂਵੀ ਦੇ ਵਿੱਚ ਉਹ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹ ਹੈਗਾ ਜੀ ਪੁਰਾਣਾ ਲਖਨਊ ਪੁਰਾਣਾ ਲਖਨਊ ਹੈ ਬਿਲਕੁਲ ਲਾਹੌਰ ਸ਼ਹਿਰ ਵਰਗਾ ਹੂ ਬੂ ਲਾਹੌਰ ਸ਼ਹਿਰ ਵਰਗਾ ਹੈ ਤੇ ਇਸ ਇੱਥੇ ਬਹੁਤ ਸਾਰੀਆਂ ਫਿਲਮਾਂ ਦੀ ਜਿਹੜੀ ਸ਼ੂਟਿੰਗ ਹੁੰਦੀ ਹੈ ਤੇ ਜਿਨ੍ਹਾਂ ਨੂੰ ਪਾਕਿਸਤਾਨ ਫਿਲਮ ਫਿਲਮਾਇਆ ਜਾਂਦਾ ਹੈਗਾ ਪਾਕਿਸਤਾਨ ਵਾਲੇ ਸੀਨ ਬਹੁਤ ਸਾਰੇ ਜਿਹੜੇ ਪੁਰਾਣੇ ਲਖਨਊ ਦੇ ਵਿੱਚ ਲਏ ਜਾਂਦੇ ਨੇ ਤੇ ਬਿਲਕੁਲ ਲਾਹੌਰ ਸ਼ਹਿਰ ਵਰਗਾ ਜਿਹੜਾ ਦ੍ਰਿਸ਼ ਹੈ ਇਹ ਦਿਹਾਉਂਦਾ ਹੈਗਾ ਸੋ ਆਪਾਂ ਗੱਲ ਕਰਦੇ ਹਾਂ ਇਸ ਗੇਟ ਬਾਰੇ ਜੀ ਇਸ ਗੇਟ ਦੀ ਜਿਹੜੀ ਐ ਖੂਬਸੂਰਤੀ ਆ ਬਹੁਤ ਜ਼ਿਆਦਾ ਖੂਬਸੂਰਤ ਬਣਾਇਆ ਗਿਆ ਇਹਨੂੰ ਇਹ ਗੇਟ 11 ਸਾਲਾਂ ਦੇ ਵਿੱਚ ਬਣਿਆ ਸੀਗਾ ਜੀ ਇਸ ਗੇਟ ਨੂੰ ਨਵਾਬ ਆਸੀਫਦੌਲਾ ਨੇ ਬਣਾਇਆ ਸੀਗਾ ਲਖਨਊ ਦਾ ਉਸ ਟਾਈਮ ਰਾਜਾ ਆਸੀਫਦੌਲਾ ਸੀਗਾ ਉਸ ਨੇ ਬਣਾਇਆ ਗੇਟ ਉਸ ਟਾਈਮ ਲਖਨਊ ਦੇ ਵਿੱਚ ਕਹਿੰਦੇ ਕਾਲ ਪੈ ਗਿਆ ਸੀਗਾ ਤੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਲਈ ਇਹ ਗੇਟ ਜਿਹੜਾ ਸਿਰਫ ਬਣਾਇਆ ਗਿਆ ਇਹ ਗੇਟ ਨੂੰ ਜੀ ਸਵੇਰੇ ਦੇਣੇ ਬਣਾਇਆ ਜਾਂਦਾ ਤੇ ਰਾਤ ਨੂੰ ਜਿਹੜਾ ਉਹ ਆਪਣੇ ਸੈਨਿਕਾਂ ਦੁਆਰਾ ਆਪਣੇ ਜਿਹੜੇ ਸਿਪਾਹੀ ਸੀ ਉਹਨਾਂ ਦੁਆਰਾ ਇਹ ਗੇਟ ਨੂੰ ਟਹਾ ਦਿੰਦਾ ਰਾਜੇ ਨੇ ਸਿਰਫ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਲਈ ਜਿਹੜਾ ਇਹ ਗੇਟ ਬਣਾਇਆ ਤੇ ਇਸ ਗੇਟ ਦੀ ਜਿਹੜੀ ਖੂਬਸੂਰਤੀ ਇਸ ਦੇ ਵਿੱਚ ਜਿਹੜੀ ਕਲਾਕਿਰਤੀ ਬਹੁਤ ਸੋਹਣੀ ਬਣਾਈ ਗਈ ਹੈ ਤੁਸੀਂ ਇਸ ਸਾਈਡ ਤੋਂ ਦੇਖ ਰਹੇ ਹੋ ਇਸ ਗੇਟ ਦੇ ਜਿਹੜੇ ਤਿੰਨ ਦਰਵਾਜ਼ੇ ਨੇ ਤਿੰਨ ਦਰਵਾਜੇ ਤੇ ਚਾਰ ਮੰਜ਼ਲਾ ਇਮਾਰਤ ਹੈ ਤੁਸੀਂ ਦੇਖ ਰਹੇ ਹੋ ਤਿੰਨ ਗੇਟ ਨੇ ਤੇ ਚਾਰ ਮੰਜ਼ਲਾ ਇਮਾਰਤ ਹੈ ਪਰ ਜਦੋਂ ਆਪਾਂ ਇਸੇ ਚੀਜ਼ ਨੂੰ ਦੂਸਰੇ ਪਾਸਿਓਂ ਜਾ ਕੇ ਦੇਖਦੇ ਆ ਤਾਂ ਸਿਰਫ ਇੱਕੋ ਹੀ ਗੇਟ ਦਿਖਦਾ ਤੇ ਇੱਕੋ ਹੀ ਮੰਜ਼ਲ ਦਿਸਦੀ ਹੈ ਸੋ ਬੜੀ ਜਿਹੜੀ ਵਿਲੱਖਣ ਕਾਰਗਰੀ ਹੈ ਇਸ ਗੇਟ ਦੇ ਵਿੱਚ ਕੀਤੀ ਗਈ ਹੈਗੀ ਤੇ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਆ ਇਸ ਗੇਟ ਨੂੰ ਪੂਰਾ ਤੁਸੀਂ ਦੇਖ ਬਿਲਕੁਲ ਜਿਹੜਾ ਰਾਣੀ ਹਾਰ ਵਾਂਗੂ ਲੱਗਦਾ ਹੈ ਇਹ ਜਦੋਂ ਇਸ ਦੀ ਫੋਟੋ ਖਿੱਚ ਕੇ ਆਪਾਂ ਉਲਟਾ ਕਰਕੇ ਦੇਖਦੇ ਆ ਤਾਂ ਇਹ ਰਾਣੀ ਹਾਰ ਹੈ ਤੇ ਜਿਹੜਾ ਉੱਪਰ ਬਿਲਕੁਲ ਤੁਸੀਂ ਉਹ ਛੋਟੇ ਛੋਟੇ ਬ੍ਰੀਕ ਬ੍ਰੀਕ ਜਿਹੜੇ ਇੱਕ ਡੰਡੇ ਜੇ ਦੇਖ ਰਹੇ ਹੋ ਉਹ ਲੌਂਗ ਦਾ ਡਿਜ਼ਾਈਨ ਹੈ ਜੀ ਉਹ ਲੌਂਗ ਹੈ ਜਿਹੜਾ ਆਪਣਾ ਮਸਾਲਿਆ ਲੌਂਗ ਹੁੰਦਾਗਾ ਉਸ ਦਾ ਡਿਜ਼ਾਈਨ ਬਣਾਇਆ ਗਿਆ ਸੋ ਬਹੁਤ ਬਰੀਕੀ ਦੇ ਨਾਲ ਇਸ ਦੇ ਵਿੱਚੋਂ ਮਤਲਬ ਕਿ ਇਹ ਜਿਹੜਾ ਡਿਜ਼ਾਈਨ ਹੈ ਜਿਹੜਾ ਇਹ ਕਾਰਾਗਰੀਆ ਦਿਖਾਈ ਗਈ ਹੈਗੀ ਸੋ ਪੂਰਾ ਰਾਣੀ ਹਾਰ ਲੱਗਦਾ ਇਸ ਪਾਸੇ ਤੋਂ ਤੇ ਜਿਹੜਾ ਵਿਚਲਾ ਪੋਰਸ਼ਨ ਹੈ ਜੇ ਆਪਾਂ ਉੱਪਰਲੇ ਲੌਂਗ ਛੱਡ ਕੇ ਵਿਚੋਂ ਪੋਰਸ਼ਨ ਦੇਖੀਏ ਤਾਂ ਉਹ ਜਿਹੜੀ ਲਖਨਊ ਦੀ ਜਿਹੜੀ ਆਪਾਂ ਲੇਡੀਜ਼ ਲਈ ਕੁੜਤੀ ਹੁੰਦੀ ਹੈਗੀ ਤਾਂ ਉਸ ਕੁੜਤੀ ਦਾ ਜਿਹੜਾ ਲਖਨਊ ਕਾਰਾਗਰੀ ਦਾ ਜਿਹੜਾ ਗਲਾ ਹੈਗਾ ਉਹ ਬਣਾਇਆ ਗਿਆ ਹੈਗਾ ਸੋ ਉਹ ਜਿਹੜਾ ਗਲਾ ਵੀ ਹੋ ਸਕਦਾ ਇੱਥੋਂ ਹੀ ਜਿਹੜਾ ਚੱਕਿਆ ਗਿਆ ਹੋਵੇ ਕਾਪੀ ਕੀਤਾ ਗਿਆ ਹੋਵੇ ਤੇ ਇਹ ਗੇਟ ਦੀ ਜਿਹੜੀ ਵਿਲੱਖਣਤਾ ਇਹ ਹੈਗੀ ਕਿ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਲਈ ਇਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਸਮਾਂ ਲਗਾਇਆ ਗਿਆ ਇਹ 11 ਸਾਲਾਂ ਦੇ ਵਿੱਚ ਇਹ ਗੇਟ ਬਣਿਆ ਦਿਨੇ ਬਣਾ ਕੇ ਰਾਤ ਨੂੰ ਢਾ ਦਿੱਤਾ ਜਾਂਦਾ ਸੀਗਾ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਇਹਦੀਆਂ ਬਰੀਕੀਆਂ ਨੂੰ ਇੰਨਾ ਧਿਆਨ ਚ ਰੱਖਿਆ ਗਿਆ ਵੱਧ ਤੋਂ ਵੱਧ ਇਸ ਦੇ ਉੱਤੇ ਸਮਾਂ ਲਾਇਆ ਗਿਆ ਐਨੀ ਕਾਰਾਗਰੀ ਦਿਖਾਈ ਗਈ ਇਸ ਦੇ ਵਿੱਚ ਤਾਂ ਕਿ ਲੋਕ ਐ ਜਿਹੜੇ ਉਹ ਉਹਨਾਂ ਨੂੰ ਕੰਮ ਮਿਲਦਾ ਰਹੇ ਸੋ ਨਵਾਬ ਆਸੀਫਦੌਲਾ ਨੇ ਜਿਹੜਾ ਉਹ ਗੇਟ ਬਣਾਇਆ ਤੇ ਇੱਕ ਸਾਈਡ ਤੋਂ ਜਿਹੜਾ ਗੇਟ ਹੈ ਉਹ ਚਾਰ ਮੰਜ਼ਲਾ ਤੇ ਤਿੰਨ ਗੇਟ ਨੇ ਦੂਸਰੇ ਸਾਈਡ ਤੋਂ ਜਿਹੜਾ ਇੱਕੋ ਹੀ ਗੇਟ ਹੈ ਤੇ ਇੱਕੋ ਹੀ ਮੰਜ਼ਲਾ ਸੋ ਇਹ ਵੱਖਰੀ ਜਿਹੜੀ ਇਹਦੀ ਵਿਲੱਖਣਤਾ ਗਈ ਤੇ ਜਿਹੜੀ ਗਦਰ ਮੂਵੀ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਗੇਟ ਆ ਜਿਹੜਾ ਉਹ ਏਸੇ ਗੇਟ ਨੂੰ ਬਣਾਇਆ ਗਿਆਗਾ ਤੇ ਹੋਰ ਬਹੁਤ ਸਾਰੀਆਂ ਮੂਵੀਆਂ ਦੇ ਵਿੱਚ ਜਿਹੜਾ ਇਹੀ ਇਦਾਂ ਦੀ ਜਿਹੜੀ ਗੇਟ ਆ ਜਿਹੜਾ ਇਹੀ ਗੇਟ ਯੂਜ਼ ਕੀਤਾ ਜਾਂਦਾ ਇੰਡੀਆ ਪਾਕਿਸਤਾਨ ਪੁਰਾਣਾ ਲਾਹੌਰ ਦਿਖਾਉਣ ਦੇ ਵਾਸਤੇ ਸੋ ਦੋਸਤੋ ਵੀਡੀਓ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਪੇਜ ਨੂੰ ਫੋਲੋ ਕਰਿਓ ਤਾਂ ਕਿ ਜਿਹੜੀਆਂ ਇਹੋ ਜਿਹੀਆਂ ਜਾਣਕਾਰੀ ਭਰਪੂਰ ਵੀਡੀਓ ਤੁਹਾਨੂੰ ਹੋਰ ਮਿਲਦੀਆਂ ਰਹਿਣ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ